ਇਹਨੂੰ 14 ਸਾਲ ਹੋ ਗਏ, 14 ਸਾਲ ਜੀ। ਘਰੇ ਕੌਣ ਕੌਣ ਆ ਜੀ? ਘਰੇ ਮੰਮੀ ਆ ਜੀ, ਇਹਦੀ ਬੱਚੇ ਆ ਤੇ ਦੋ ਜੀ, ਇੱਕ ਡੇਢ ਸਾਲ ਦੀ ਕੁੜੀ ਹੈ। ਇਹ ਮੁੰਡੇ ਦਾ ਪਿਓ ਵੀ ਸੀ ਦਾ ਨਾਂ ਤਾਂ ਜੀ ਤੁਹਾਨੂੰ ਮੈਂ ਦੱਸਦਾ, ਬਲਦੇਵ ਸਿੰਘ ਦਾ ਪਿਓ ਵੀ ਸ਼ਹੀਦ ਹੋ ਗਿਆ ਜੀ। ਇਹ ਮੁੰਡੇ ਦਾ ਪਿਓ ਵੀ ਸ਼ਹੀਦ ਹੈ ਕਾਰਗਲ ਚ। ਕਿੰਨਾ ਸਮਾਂ ਹੋ ਗਿਆ ਸੀ ਇਹਨੂੰ? ਇਹਨੂੰ 14 ਸਾਲ ਹੋ ਗਿਆ ਜੀ, 14 ਸਾਲ ਜੀ। ਘਰੇ ਕੌਣ ਕੌਣ ਆ ਜੀ? ਘਰੇ ਮੰਮੀ ਆ ਜੀ, ਇਹਦੀ ਬੱਚੇ ਆ ਤੇ ਦੋ ਜੀ, ਇੱਕ ਡੇਢ ਸਾਲ ਦੀ ਕੁੜੀ ਹੈ, 3 ਸਾਲ ਦਾ ਮੁੰਡਾ ਇਹਦਾ ਫੌਜੀ ਦਾ। ਕਿੰਨਾ ਚਿਰ ਹੋ ਗਿਆ ਵਿਆਹ? 3 ਸਾਲ ਹੋ ਗਿਆ ਜੀ। ਕੀ ਲੱਗਦੇ ਤੁਹਾਡੇ? ਮੇਰਾ ਬੇਟਾ ਹੀ ਆ ਜੀ। ਛੁੱਟੀ ਕੱਟ ਕੇ ਗਿਆ ਜੀ। ਫੋਨ ਤੇ ਜੀ ਇਹਦੀ ਮਾਂ ਨਾਲ ਚੱਤੋ ਪੈਰੀ ਚੱਲਦੀ ਸੀਗੀ ਗੱਲਬਾਤ। ਕੱਲ ਸੰਡੇ ਵੀ ਦੁਪਹਿਰੇ ਫੋਨ ਲਾਇਆ ਸੀ ਉਹਨੇ, ਗੱਲਬਾਤ ਹੋਈ ਇਹਦੀ ਮਾਂ ਨਾਲ, ਮੁੜ ਕੇ ਨੀਂਦ ਹੋਈ ਜੀ। ਕੀ ਕਹਿਣਾ ਚਾਹੋਗੇ? ਸ਼ਹੀਦ ਹੋਏ ਆ 4 ਪੰਜਾਬ ਦੇ ਆ, ਇੱਕ ਬਾਹਰੋਂ, 5 ਜਣੇ ਸ਼ਹੀਦ ਹੋਏ ਆ ਪੂਰੇ ਜੀ। ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਦਰਦ ਦਾ ਬਹੁਤ ਹੈ, ਪਰ ਚਲੋ ਫੌਜ ਦਾ ਕੰਮ ਹੀ ਇਹ ਆ ਜੀ, ਮਰਨਾ ਤੇ ਮਰਾਉਣਾ ਸ਼ੇਰ ਫੌਜ ਜੀ, ਜਿਹੜੇ ਕੁਰਬਾਨੀਆਂ ਦਿੰਦੇ ਆ, ਸ਼ਹੀਦੀਆਂ ਪਾਉਂਦੇ ਆ। ਲੱਗਦਾ ਹਾਂ ਜੀ, ਲਿਆ ਜਾਊਗਾ ਬਦਲਾ ਜੀ।